ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਗੁਰਵਿੰਦਰ ਸ਼ੇਰਗਿੱਲ ਗਲੋਬਲ ਵੀਜ਼ਾ ਹੈਲਪਲਾਈਨ ਤੋਂ। ਜਿਵੇਂ ਜੀ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਜਿਹੜੇ ਵੀਜ਼ਾ ਸਾਰੇ ਹੈਗੇ ਯੂਕੇ ਦੇ, ਆਪਾਂ ਵਨ ਬਾਏ ਵਨ ਜਿਹੜੇ ਹੈਗੇ ਡਿਲੀਵਰ ਕਰ ਰਹੇ ਹਾਂ ਜੀ ਸਾਰੇ ਬੱਚਿਆਂ ਦੇ ਸੁਪਨੇ, ਜਿਹਨਾਂ ਦੇ ਸਕਾਰ ਹੋ ਰਹੇ ਯੂਕੇ ਜਾਣ ਦਾ। ਅੱਜ ਸਾਡੇ ਨਾਲ ਹੀ ਸਟੂਡੈਂਟ ਹੈਗੇ ਆ ਜੀ ਲਵਲੀ ਰਾਣਾ ਜੀ। ਲਵਲੀ ਜੀ ਕਿੱਥੋਂ ਬਲੋਂਗ ਕਰਦੇ ਹੋ ਤੁਸੀਂ? ਸਰ ਮੈਂ ਭਵਾਨੀਗੜ ਤੋਂ ਬਲੋਂਗ ਕਰਦਾ, ਡਿਸਟ੍ਰਿਕਟ ਸੰਗਰੂਰ ਦਾ। ਓਕੇ, ਤੇ ਕਿੱਦਾਂ ਵਿੱਚ ਤੁਹਾਨੂੰ ਪਤਾ ਲੱਗਿਆ, ਸਭ ਤੋਂ ਪਹਿਲਾਂ ਤਾਂ ਜਾਣਨਾ ਚਾਹਾਂਗੇ ਗਲੋਬਲ ਵੀਜ਼ਾ ਹੈਲਪਲਾਈਨ ਬਾਰੇ ਤੁਹਾਨੂੰ ਕਿੱਦਾਂ ਪਤਾ ਲੱਗਿਆ? ਸਰ ਮੈਂ ਟੀਵੀ 'ਤੇ ਦੇਖਿਆ ਜੀ ਇਸ ਬਾਰੇ। ਓਕੇ, ਟੀਵੀ 'ਤੇ ਤੁਸੀਂ ਟੀਵੀ ਸ਼ੋਅ ਦੇਖਿਆ ਸੀ, ਠੀਕ ਆ। ਕੀ ਪ੍ਰੋਫਾਈਲ ਸੀ ਬੱਚੇ, ਤੁਸੀਂ ਪਹਿਲਾਂ ਕਿਸੇ ਕੰਟਰੀ ਦਾ ਵੀਜ਼ਾ ਅਪਲਾਈ ਕੀਤਾ, ਕਿੰਨਾ ਗੈਪ ਸੀ ਤੁਹਾਡਾ, ਆਈਲੈਟਸ ਕੀਤਾ ਸੀ ਜਾਂ ਨਹੀਂ ਸੀ, ਨਾ ਸਾਰੀ ਪ੍ਰੋਫਾਈਲ ਬਾਰੇ ਦੱਸੋ ਆਪਣੇ ਵਿਊਅਰਸ ਨੂੰ ਜਿਹੜੇ ਦੇਖ ਰਹੇ ਹੋ ਤੁਸੀਂ। ਸਰ ਮੈਂ ਆਪਣੇ ਪਲੱਸ ਟੂ 2016 'ਚ ਕੰਪਲੀਟ ਕਰੀ ਸੀ, ਅਤੇ ਮੇਰੀ ਤਿੰਨ ਟਾਈਮ ਰਿਫਿਊਜ਼ਲ ਸੀ ਕੈਨੇਡਾ ਤੋਂ। ਓਕੇ, ਅਤੇ ਮੇਰਾ 4 ਸਾਲ ਦਾ ਗੈਪ ਸੀ, ਐਂਡ ਮੇਰੀ ਕੋਈ ਆਈਲੈਟਸ ਹੈ ਨਹੀਂ ਸੀ, ਪਰ ਮੈਂ ਵਿਦਆਊਟ ਆਈਲੈਟਸ ਅਪਲਾਈ ਕੀਤਾ ਸੀ। ਜਿਵੇਂ ਇਹਨਾਂ ਨੇ ਦੱਸਿਆ ਵੀ 4-5 ਸਾਲ ਦਾ ਇਹਨਾਂ ਦਾ ਗੈਪ ਸੀਗਾ ਸਟੱਡੀ ਤੋਂ ਬਾਅਦ, ਜੇ ਤੁਸੀਂ ਵੀ ਪਲੱਸ ਟੂ ਵਿੱਚ 2016-17 ਦੇ ਵਿੱਚ ਕੀਤੀ ਹੈ, ਯੂਕੇ ਜਾਣ ਦਾ ਸੁਪਨਾ ਸਾਕਾਰ ਕਰਨਾ ਚਾਹੁੰਦੇ ਹੋ, ਆਈਲੈਟਸ ਕੀਤੀ ਹੈ ਜਾਂ ਨਹੀਂ ਕੀਤੀ, ਤਾਂ ਤੁਸੀਂ ਵਿਦਆਊਟ ਆਈਲੈਟਸ ਹਲੇ ਵੀ ਆਪਣੇ ਕੋਲ ਟਾਈਮ ਹੈਗਾ। ਨੈਕਸਟ ਇਨਟੇਕ ਜਿਹੜਾ ਬੱਚਿਆਂ ਦਾ ਜਨਵਰੀ ਇਨਟੇਕ ਇਹਨਾਂ ਨੂੰ ਨਹੀਂ ਮਿਲ ਪਾਇਆ ਕਿਸੇ ਕਾਰਨ ਕਰਕੇ, ਉਹਨਾਂ ਨੂੰ ਜਿਹੜਾ ਅੱਗੇ ਮਾਰਚ ਅਤੇ ਅਪ੍ਰੈਲ ਇਨਟੇਕ ਦੀਆਂ ਸੀਟਸ ਅਵੇਲੇਬਲ ਹੈਗੀਆਂ ਨੇ ਜੀ। ਹੁਣ ਦੁਬਾਰਾ ਮਾਰਚ ਅਤੇ ਅਪ੍ਰੈਲ ਇਨਟੇਕ ਦੇ ਲਈ ਕੈਸ਼ ਲੈਟਰ ਜਿਹੜੇ ਹੈਗੇ ਬਹੁਤ ਜਲਦੀ ਇਸ਼ੂ ਹੋਣੇ ਸ਼ੁਰੂ ਹੋ ਜਾਣਗੇ। ਤੇ ਇਹਦੇ ਨਾਲ ਹੀ ਬੱਚੇ ਮੈਂ ਪੁੱਛਣਾ ਚਾਹਾਂਗਾ ਕਿ ਤੁਹਾਡਾ ਕਿੰਨਾ ਟਾਈਮ ਲੱਗਿਆ ਵੀਜ਼ਾ ਆਉਣ ਦੇ ਵਿੱਚ, ਜਿੱਦਣ ਆਪਾਂ ਫਾਈਲ ਸਬਮਿਟ ਕਰਾਈ ਆ, ਕਿੰਨਾ ਸਮੇਂ 'ਚ ਤੁਹਾਡਾ ਵੀਜ਼ਾ ਅਪਰੂਵ ਹੋਇਆ? ਮੇਰਾ ਵੀਜ਼ਾ ਨੀਅਰ ਅਬਾਊਟ 2 ਤੋਂ 2.5 ਮਹੀਨੇ ਦੇ ਵਿੱਚ ਵਿੱਚ ਆ ਗਿਆ ਸੀ। ਟੋਟਲ ਪ੍ਰੋਸੈਸ ਜਿਹੜਾ ਹੈਗਾ 2 ਮਹੀਨੇ ਦਾ ਇਹਨਾਂ ਦਾ ਲੱਗਿਆ ਹੈਗਾ ਜੀ। ਬਟ ਅੰਬੈਸੀ ਦੇ ਵਿੱਚ ਜਦੋਂ ਬੱਚੇ ਤੁਹਾਡੀ ਫਾਈਲ ਸਬਮਿਟ ਹੋਈ ਸੀ, ਉਸ ਉਹਦੇ ਵਿੱਚ ਕਿੰਨਾ ਟਾਈਮ ਹੋਇਆ ਉੱਥੇ ਆਪਣੇ ਫਾਈਲ ਸਬਮਿਟ ਹੋਈ? ਉੱਥੇ ਸਰ ਸਬਮਿਟ ਮੇਰੇ 1 ਦਿਨ 'ਚ ਰਿਵਰਟ ਆ ਗਿਆ। ਉਸੇ ਸੇਮ ਡੇ ਤੁਹਾਡਾ ਵੀਜ਼ਾ ਜਿਹੜਾ ਹੈਗਾ ਅਪਰੂਵ ਹੋ ਗਿਆ ਸੀ। ਤਕਰੀਬਨ ਅੱਜ ਜੇ ਆਪਾਂ ਸਵੇਰੇ ਫਾਈਲ ਸਬਮਿਟ ਕਰੀਏ ਤਾਂ ਸ਼ਾਮ ਨੂੰ ਜਿਹੜਾ ਪਾਸਪੋਰਟ ਹੈਗਾ ਸੁਪਰ ਪ੍ਰਾਇਓਰਟੀ ਦੇ ਵਿੱਚ ਵੀਜ਼ਾਸ ਲੱਗ ਕੇ ਆਏ ਜੀ। ਮੈਕਸੀਮਮ ਟੂ ਮੈਕਸੀਮਮ ਨੈਕਸਟ ਡੇ ਜਿਹੜਾ ਹੈਗਾ ਵੀਜ਼ਾ ਅਪਰੂਵ ਹੋ ਕੇ ਆ ਜਾਂਦਾ। ਕੰਗ੍ਰੈਚੁਲੇਸ਼ਨ ਬੱਚੇ, ਬਹੁਤ ਬਹੁਤ ਤੁਹਾਨੂੰ। ਯੂਨੀਵਰਸਿਟੀ ਬਾਰੇ ਦੱਸੋ ਬੱਚੇ, ਕਿਹੜੀ ਯੂਨੀਵਰਸਿਟੀ ਤੁਹਾਡੀ? ਮੈਂ ਯੂਨੀਵਰਸਿਟੀ ਆਫ ਹਾਰਟ ਫੀਲ ਆਈ ਮੈਨੂੰ ਮੈਨਚੈਸਟਰ। ਓਕੇ, ਇੰਟਰਵਿਊ ਹੋਇਆ ਤੁਹਾਡਾ ਜਾਂ ਨਹੀਂ? ਹਾਂਜੀ ਸਰ, ਇੰਟਰਵਿਊ ਹੋਇਆ ਜੀ। ਕੰਗ੍ਰੈਚੁਲੇਸ਼ਨ ਬੱਚੇ ਤੁਹਾਡਾ ਵੀਜ਼ਾ। ਤੇ ਇਹਨਾਂ ਦੇ ਨਾਲ ਹੀ ਮਤਲਬ ਇਹਨਾਂ ਦੇ ਫਾਦਰ ਸਾਹਿਬ ਹੈਗੇ ਆ ਜੀ ਸਰ, ਭਾਜੀ ਕਿਵੇਂ ਦਾ ਤੁਹਾਡਾ ਐਕਸਪੀਰੀਅੰਸ ਰਿਹਾ, ਕੀ ਕਹਿਣਾ ਚਾਹੋਗੇ ਕੰਪਨੀ ਬਾਰੇ? ਦੇਖੋ ਜੀ, ਮੈਂ ਤਾਂ ਇਹਦੇ ਬਾਰੇ, ਮੇਰਾ ਬੱਚਾ ਪਹਿਲਾਂ ਮੈਂ ਕੈਨੇਡਾ ਨੂੰ ਰਿਫਿਊਜ਼ਲਾਂ ਵਗੈਰਾ ਰਹੀਆਂ, ਤੇ ਮੈਂ ਆਪਣੇ ਘਰ ਬੈਠਾ ਟੀਵੀ ਤੇ ਇਹਨਾਂ ਦੀ ਐਡ ਦੇਖਦਾ ਹੁੰਦਾ ਸੀ। ਮੈਂ ਮੇਰੇ ਬੱਚੇ ਨੂੰ ਕਿਹਾ ਵੀ ਨਹੀਂ ਆਪਾਂ ਗਲੋਬਲ ਵੀਜ਼ਾ ਨਾਲ ਸੰਪਰਕ ਕਰੀਏ, ਤੇ ਮੈਂ ਇਹਨਾਂ ਨਾਲ ਸੰਪਰਕ ਕਰਕੇ, ਤੇ ਮੇਰੀ ਮਨੋਕਾਮਨਾ ਇਹਨਾਂ ਨੇ ਪੂਰੀ 2.5 ਮਹੀਨੇ ਵਿੱਚ ਪੂਰੀ ਕਰਤੀ। ਮੈਂ ਕਹਾਂਗਾ ਬਹੁਤ ਬਹੁਤ ਧੰਨਵਾਦ। ਧੰਨਵਾਦ ਜੀ ਸਾਰਿਆਂ ਦਾ। ਤੁਸੀਂ ਵੀ ਆਪਣਾ ਵਿਦੇਸ਼ ਜਾਣ ਦਾ ਸੁਪਨਾ ਸਾਕਾਰ ਕਰਨਾ ਚਾਹੁੰਦੇ ਹੋ, ਕੈਨੇਡਾ, ਆਸਟ੍ਰੇਲੀਆ, ਯੂਕੇ ਆਈਲੈਟਸ ਕੀਤਾ, ਜੇ ਤੁਸੀਂ ਵਿਦਆਊਟ ਆਈਲੈਟਸ ਵੀ ਯੂਕੇ ਜਾ ਸਕਦੇ ਹੋ ਜੀ, ਬਹੁਤ ਵਧੀਆ ਮੌਕਾ ਹੈਗਾ। ਦੇਖੋ ਜਿਵੇਂ ਬਾਈ ਜੀ ਨੇ ਦੱਸਿਆ ਵੀ ਪਹਿਲਾਂ ਇਹਨਾਂ ਨੇ ਕੈਨੇਡਾ ਲਈ ਅਪਲਾਈ ਕੀਤਾ ਸੀ, ਅਪਲਾਈ ਉੱਥੇ ਕਰੋ ਜਿਹਦੇ ਲਈ ਤੁਸੀਂ ਐਲੀਜੀਬਲ ਹੈਗੇ ਹੋ। ਜੇ ਤੁਸੀਂ ਕੈਨੇਡਾ ਲਈ ਐਲੀਜੀਬਲ ਹੋ ਤਾਂ ਕੈਨੇਡਾ ਵਾਸਤੇ ਤੁਹਾਡਾ ਵੀਜ਼ਾ ਜ਼ਰੂਰ ਲੱਗੇਗਾ ਜੀ। ਬਟ ਜੇ ਤੁਸੀਂ ਜਿਹੜੀ ਕੰਟਰੀ ਲਈ ਤੁਸੀਂ ਐਲੀਜੀਬਲ ਨਹੀਂ ਹੈਗੇ, ਉੱਥੇ ਤੁਸੀਂ ਜੇ ਵੀਜ਼ਾ ਅਪਲਾਈ ਕਰੋਗੇ ਤਾਂ ਰਿਫਿਊਜ਼ਲ ਆਉਣੀ ਆ, ਪੈਸਾ ਅਤੇ ਸਮਾਂ ਖਰਾਬ ਦੋਨੋਂ ਹੋਣਗੇ। ਉਹਦੇ ਨਾਲੋਂ ਆਪਾਂ ਉੱਥੇ ਅਪਲਾਈ ਕਰੀਏ ਜਿੱਥੇ ਆਪਣੇ ਲਈ ਐਲੀਜੀਬਿਲਟੀ ਜਿਹੜੀ ਹੈਗੀ ਉਹ ਕ੍ਰਾਈਟੇਰੀਆ ਆਪਾਂ ਪੂਰਾ ਕਰ ਰਹੇ ਹੈਗੇ। ਜਿਵੇਂ ਇਹਨਾਂ ਦੇ ਯੂਕੇ ਦਾ ਜਿਹੜਾ ਐਲੀਜੀਬਿਲਟੀ ਕ੍ਰਾਈਟੇਰੀਆ ਸੀਗਾ ਪੂਰਾ ਕਰ ਰਹੇ ਸੀ, ਇਹਨਾਂ ਦਾ ਵੀਜ਼ਾ ਜਿਹੜਾ ਹੈਗਾ 1 ਦਿਨ ਦੇ ਵਿੱਚ ਅੰਬੈਸੀ ਨੇ ਇਹਨਾਂ ਨੂੰ ਅਪਰੂਵ ਕਰਕੇ ਦਿੱਤਾ ਹੈਗਾ। ਤੁਸੀਂ ਵੀ ਜੇ ਵਿਦੇਸ਼ ਜਾਣਾ ਚਾਹੁੰਦੇ ਹੋ ਸਟੱਡੀ ਵੀਜ਼ਾ ਦੇ ਕਿਸੇ ਵੀ ਕੰਟਰੀ ਦੇ ਵਿੱਚ, ਗਲੋਬਲ ਵੀਜ਼ਾ ਹੈਲਪਲਾਈਨ ਚੰਡੀਗੜ੍ਹ ਖੰਨਾ ਜਲੰਧਰ ਸੰਪਰਕ ਕਰ ਸਕਦੇ ਹੋ ਜੀ 9250392503 ਤੇ ਕਾਲ ਕਰਕੇ, ਅਪਾਇੰਟਮੈਂਟ ਬਣਾ ਕੇ ਮੈਨੂੰ ਜਾਂ ਮੇਰੇ ਸਟਾਫ ਨੂੰ ਤੁਸੀਂ ਮਿਲ ਸਕਦੇ ਹੋ। ਸਤਿ ਸ਼੍ਰੀ ਅਕਾਲ ਜੀ।